ਕਮਜ਼ੋਰ ਹੈ ਨਾ, ਉਹ 'ਚ ਕੋਈ ਕਮਜ਼ੋਰੀ ਹੈ, ਤੁਸੀਂ ਤਕੜੇ ਹੋ ਤਾਂ ਤਾਂ ਲਾਗੂ ਕਰਦੇ ਹੋ। ਯਾਨੀ ਆਪਣਾ ਰਾਜ ਚਲਾਉਣ ਦੇ ਵਿੱਚ ਦੀ ਕਾਢ ਕੱਢਣਗੇ ਇੱਥੇ ਦੀ, ਅਤੇ ਉਹਨੂੰ ਫਿਰ ਕਮਜ਼ੋਰ ਹੀ ਮੰਨਣਗੇ ਨਾ, ਤਾਂ ਹੀ ਕਰਨਗੇ ਇਹ ਗੱਲ। ਕੀ ਕਰਦਾ ਕੀ ਨਹੀਂ ਕਰਦਾ ਉਹ ਜਾਣੇ, ਆਪਾਂ ਨੇ ਕੀ ਲੈਣਾ, ਆਪਾਂ ਨੇ ਉਹਦੇ ਹੁਕਮ ਚੱਲਣਾ। ਔਰ ਉਹ ਹੁਕਮ ਦੇ ਵਿੱਚ ਤੂੰ ਨਾ ਚੱਲੇ ਤਾਂ ਵੀ ਚੱਲਦਾ, ਮੰਨੇ ਤਾਂ ਵੀ ਚੱਲਦਾ, ਨਾ ਮੰਨੇ ਤਾਂ ਵੀ ਚੱਲਦਾ। ਜਿਹੜੇ ਨਹੀਂ ਮੰਨਦੇ ਚੱਲਦੇ ਉਹ ਵੀ ਨੇ, ਜਿਹੜੇ ਮੰਨਦੇ ਨੇ ਚੱਲਦੇ ਉਹ ਵੀ ਨੇ, ਪਰ ਜਿਹੜੇ ਚੱਲਦੇ ਨੇ ਔਰ ਮੰਨਦੇ ਨੇ ਰਾਜੀ ਹੋ ਕੇ, ਉਹਨਾਂ ਦਾ ਜਿਹੜਾ ਜਨਮ ਮਰਨ ਕੱਟਿਆ ਜਾਂਦਾ, ਦੋਹਾਂ ਦਾ ਘੱਟ ਨਹੀਂ ਹੁੰਦਾ, ਚੱਲਦੇ ਦੋਹੇ ਨੇ। ਉਹ ਦੁਖੀ ਹੋ ਕੇ ਚੱਲਦੇ ਨੇ, ਉਹ ਸੁਖੀ ਹੋ ਕੇ ਚੱਲਦੇ ਨੇ, ਨਾਲ ਤਾਂ ਚੱਲਦੇ ਨੇ ਸੁਖੀ ਲੋਕ, ਸੁਖੀ ਲੋਕ। ਸੁਖੀ ਦਾ ਮਤਲਬ ਕੀ ਹੈ, ਭਾਣੇ ਚੱਲਦੇ ਨੇ ਸੁਖੀ, ਖੁਸ਼ੀ ਨਾਲ ਚੱਲਦੇ ਨੇ ਲੋਕ, ਸੁਖੀ ਤਾਂ ਨੇ ਉਹ। ਔਰ ਐਂ ਨਹੀਂ ਹੈ ਵੀ ਉਹਨਾਂ ਨੂੰ ਕੋਈ ਸੁੱਖ ਹੋ ਜਾਂਦਾ ਕਿ ਅਰਥ ਗਲਤ ਨੇ, ਤੱਤੀ ਤਾਂ ਵੀ ਦਿਨਾਂ ਬੈਠਣਾ ਪੈਂਦਾ ਫਿਰ। ਸਾਹਿਬਜ਼ਾਦੇ ਨਾਲ ਸ਼ਹੀਦ ਕਰਾਉਣੇ ਪੈਂਦੇ, ਸਾਰੀ ਜ਼ਿੰਦਗੀ ਕੋਈ ਨਾ ਕੋਈ ਵਿਪਤਾਈ ਲੱਗੀ ਰਹੀ ਹੈ ਲੜਾਈਆਂ ਦੀ, ਇੱਕ ਲੜਾਈ ਨਹੀਂ ਕਾਬੂ ਆਉਂਦੀ ਹੋਈ ਹੋਈ ਸਾਡੀ ਜ਼ਿੰਦਗੀ 'ਚ, ਇੱਕ ਵਾਰ ਕੋਈ ਝਗੜਾ ਹੋ ਜਾ ਉਹੀ ਸਾਰੀ ਜ਼ਿੰਦਗੀ ਯਾਦ ਰਹਿੰਦਾ, ਸਾਰੀ ਜ਼ਿੰਦਗੀ ਉਹ ਕੋਈ ਨਾ ਕੋਈ ਕਲੇਸ਼ ਪਿਆ ਰਿਹਾ। ਲੋਕ ਸੁਖੀ ਦਾ ਮਤਲਬ ਹੈ ਜਿਹੜਾ ਰਾਜੀ ਨਾਲ ਚੱਲਦਾ ਭਾਣੇ 'ਚੋਂ ਸੁਖੀ ਹੈ, ਉਹ ਤੱਤੀ ਤਵੀ 'ਤੇ ਬੈਠਾ ਵੀ ਸੁਖੀ ਹੈ, ਭਾਣੇ ਚੱਲਦਾ ਨਾ। ਪਰ ਲੋਕ ਸਹਿਲੇ, ਪਰ ਲੋਕ ਤਾਂ ਸਹਿਲੇ ਰਹਿਣਾ ਹੀ ਹੈ, ਉਹਦਾ ਤਾਂ ਕੋਈ ਰੌਲਾ ਹੀ ਨਹੀਂ। ਪਰ ਲੋਕ ਸੁਖੀ ਦਾ ਮਤਲਬ ਇਹ ਹੈ ਕਿਉਂਕਿ ਰਾਜੀ ਨਾਲ ਚੱਲਦੇ ਨੇ, ਜਿਹੜਾ ਰਾਜੀ ਨਾਲ ਇੱਥੇ ਚੱਲੂਗਾ ਤਾਂ ਪਰਲੋਕ 'ਚ ਸਹਿਲਾ ਹੋਊ, ਵਰਨਾ ਹੋ ਨਹੀਂ ਸਕਦਾ, ਇਹਦਾ ਅਰਥ ਇਹ ਵੀ ਹੈ। ਜਿਹੜਾ ਇੱਥੇ ਰਾਜੀ ਨਾਲ ਚੱਲੂ ਨਾ ਭਾਣਾ, ਖੁਸ਼ੀ ਨਾਲ ਚੱਲੂ, ਪਰਲੋਕ ਦੇ ਪਰਲੋਕ ਉਹਦੇ ਵਾਸਤੇ ਸਹਿਲ ਹੈ। ਹੋਰ ਕੁਛ ਕਰ ਲਵੇ, ਦਾਨ ਕਰ ਲਵੇ, ਜੋ ਮਰਜ਼ੀ ਕਰ ਲਵੇ, ਸਹਿਲਾ ਨਹੀਂ ਹੋ ਸਕਦਾ ਪਰਲੋਕ। ਪਰਲੋਕ ਜਿਹਦੇ ਨੇ ਵੜਨਾ ਨਹੀਂ ਦੇਣਾ, ਉਹਨੂੰ ਹੰਕਾਰੀ ਨੂੰ ਕਿਸੇ ਨੇ ਵੜਨਾ ਨਹੀਂ ਦੇਣਾ। ਲੋਕ ਸੁਖੀ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਜਿਹੜਾ ਹਰ ਪ੍ਰਭ ਨੇ ਆਪ ਮਿਲ ਲਿਆ ਆਪਣੇ ਨਾਲ। ਲੋਕ ਸੁਖੀ ਨੇ ਭਾਈ, ਪਰਲੋਕ ਸਹਿਲੇ ਨੇ। ਢੇਰੀ ਢਾਹੋ ਸਾਧ ਸੰਗ ਅਹੰ ਬੁੱਧ ਵਿਕਰਾਲ, ਸਾਧ ਸੰਗੀ ਸੰਗ ਨਹੀਂ ਅਹੰ ਬੁੱਧ ਵਿਕਰਾਲ, ਸਾਧ ਸੰਗੀ। ਦੇਖੋ ਸੰਗਤ ਗੱਗੇ ਨੂੰ ਔਂਕੜ ਹੋਊਗਾ, ਸਿਹਾਰੀ ਹੈ ਗੱਗੇ, ਕਿਉਂਕਿ ਗੱਗੇ ਨੂੰ ਸਿਹਾਰੀ ਹੈ, ਇਸ ਕਰਕੇ ਮਨ ਨੂੰ ਸਾਧਣ ਦੀ ਗੱਲ ਹੈ। ਸਾਧ ਸੰਗ ਅਰਥ ਗਲਤ ਪੜ੍ਹਦੇ ਹਾਂ ਅਸੀਂ, ਅਰਥ ਵੀ ਗਲਤ ਲੈਂਦੇ ਹਾਂ, ਪਾਠ ਵੀ ਗਲਤ ਕਰਦੇ ਹਾਂ। ਸਾਧ ਸੰਗ ਜੇ ਕਹਾਂਗੇ ਤਾਂ ਸਾਧ ਦੇ ਸੰਗ ਆਊ, ਸਾਧ ਸੰਗੀ ਕਹਾਂਗੇ ਜਿਹੜਾ ਮਨ ਬੁੱਧੀ ਇਕੱਠੇ ਨੇ ਨਾ, ਸੀਤਾ ਲਛਮਣ ਯੋਗ ਹੈ ਨਾ। ਸੀਤਾ ਨੂੰ ਕਿਹਾ ਆਪਣੇ ਸੰਗੀ ਨੂੰ, ਇਹ ਮਨ ਨੂੰ ਸਾਧ ਲੈ, ਇਹ ਅਸਾਧ ਹੈ ਨਾ ਮਨ। ਜੇ ਮਨ ਸਾਧਿਆ ਜਾਵੇ ਤਾਂ ਹੀ ਢੇਰੀ ਢਾਉਂਦਾ, ਤਾਂ ਹੰਕਾਰ ਛੱਡਦਾ, ਪਰ ਨਾ ਹੰਕਾਰ ਨਹੀਂ ਛੱਡਦਾ, ਫਿਰ ਢੇਰੀ ਢਾਉਂਦਾ ਹੈ। ਢੇਰੀ ਕਾਹਦੀ ਹੈ, ਸਾਧ ਉਹਨੇ ਕਿਰਿਆ ਲੱਗੀ ਵੀ ਹੈ ਕੀ, ਹਾਂ ਸਾਧ ਕਰਿਆ, ਸਾਧ ਲੈ, ਸਾਧ ਕਰਿਆ, ਸਾਧ ਨੂੰ ਨਹੀਂ ਦੇਖੋ, ਨਹੀਂ ਸਾਧ ਨੂੰ ਔਂਕੜ ਹੁੰਦਾ ਤਾਂ ਤੇਰੇ ਬਹੁਵਚਨ ਆਉਂਦਾ। ਫਿਰ ਢੇਰੀ ਢਾਹੋ ਸਾਧ ਸੰਗੀ ਅਹੰ ਬੁੱਧ ਵਿਕਰਾਲ, ਅਹੰ ਬੁੱਧ ਵਿਕਰਾਲ, ਇਹਦੀ ਜਿਹੜੀ ਬੁੱਧ ਹੈ ਨਾ, ਵਿਕਰਾਲ ਬੁੱਧੀ ਹੈ, ਇਹਦੀ ਪੁੱਠੀ ਬੁੱਧੀ ਹੈ, ਮਨ ਦੀ ਹੰਕਾਰੀ ਹੈ, ਹੰਕਾਰੀ ਬੁੱਧੀ ਹੈ, ਇਹਦੀ ਵਿਕਰਾਲ ਹੈ, ਬੜੇ ਭਿਆਨਕ ਭਿਆਨਕ ਕੰਮ ਕਰਦਾ, ਪਤਾ ਨਹੀਂ ਕੀ ਕਰਦੇ ਪਏ, ਪੱਧਰ ਵੀ ਹੈ। ਸੁਖ ਪਾਵੋ ਸਹਿਜੇ ਵਸੋ ਦਰਸ਼ਨ ਦੇਖੀ ਨਿਹਾਲ, ਆ ਦੇਖੋ ਸਹਿਜ ਕੀ ਨਹੀਂ ਹੋਣਾ, ਮਨ ਨਹੀਂ ਹੋਣਾ ਨਾ ਸਹਿਜ, ਫਿਰ ਸੁਖ ਹੋਊਗਾ। ਸੁਖ ਪਾਵੋ ਸਹਿਜੇ ਵਸੋ, ਸਹਿਜੇ ਵਸੋ, ਆਰਾਮ ਨਾਲ ਫਿਰ ਟਿਕ ਜੂਗਾ ਮਨ, ਟਿਕਿਆ ਹੋਇਆ ਸਹਿਜ ਅਵਸਥਾ ਜੇ ਸੁਖੀ ਹੈ, ਜਿੰਨਾ ਚਿਰ ਮਨ ਟਿਕਦਾ ਨਹੀਂ ਸੁਖੀ ਨਹੀਂ ਹੈ। ਦਰਸ਼ਨ ਦੇਖ ਹੀ ਨਿਹਾਲ, ਦਰਸ਼ਨ ਦੇਖ, ਦਰਸ਼ਨ ਕਿਹਦਾ ਦੇਖਣਾ, ਦਰਸ਼ਨ ਕਿਹਨੇ ਦੇਖਣਾ,
ਦਰਸ਼ਨ ਦੇਖਣੇ ਬੁੱਧੀ ਨੇ। ਜਦ ਮਨ ਨੇ ਟਿਕ ਜਾਣਾ ਬੁੱਧੀ ਨੂੰ ਦਰਸ਼ਨ ਹੋਣਾ ਹੀ ਜਦ ਇੱਕ ਦਾ ਦਰਸ਼ਨ ਤਾਂ ਹੀ ਹੋਣਾ। ਮਨ ਨੇ ਟਿਕ ਜਾਣਾ ਟਿਕ ਕੇ ਇੱਕ ਹੋ ਜਾਣਾ ਦੋਹਾਂ ਨੇ। ਇੱਕ ਰਹਿਆ ਤਾਂ ਇੱਕੋ ਤੇਰੀ ਜੰਮੈ ਜੰਮ ਮਰੈ ਗਰਭ ਜੋਣ ਦੁੱਖ ਪਾਏ। ਤੇਰੀ ਕਿਹੜੀ ਹੈ? ਉਹ ਢੇਰੀ ਦੇ ਵਿੱਚ ਜਮ ਲੁਕਿਆ ਹੋਇਆ, ਜਮ ਨੇ ਉਸੇ ਢੇਰੀ ਚੋਂ ਨਿਕਲਣਾ। ਹੁਣ ਤਾਂ ਤੁਹਾਨੂੰ ਲੱਗ ਗਿਆ ਢੇਰੀ, ਸਾਡੇ ਅੰਦਰ ਕੋਲ ਢੇਰੀ ਆ, ਉਹਦੇ 'ਚ ਚੋਰ ਡਾਕੂ ਲੁਕਿਆ ਸੀ, ਸੌਂ ਜਾਣਾ ਉਹਨਾਂ ਨੇ ਉੱਠ ਕੇ ਫੜ ਲੈਣਾ। ਢੇਰੀ ਜਮ ਹੈ ਜਮ ਮਾਰਾ ਜਾ ਮੈਂ ਜਿਹਦੇ ਵਿੱਚ ਢੇਰੀ ਜਾ ਮੈਂ ਜਮ, ਇਹਦੇ ਵਿੱਚ ਜਮ ਲੁਕਿਆ ਹੋਇਆ। ਕੀ ਲੁਕਿਆ ਹੋਇਆ? ਕਲਪਨਾ ਲੁਕੀ ਹੋਈ ਆ, ਕਲਪਨਾ ਕਾਲ ਇਹ ਭਰਮ ਹੈ। ਇਹ ਢੇਰੀ ਜਿੱਦਣ ਢਾਤੀ ਜਮ ਨੇ ਉਦਣੇ ਮਰ ਜਾਣਾ। ਜੇ ਜਮ ਮਾਰਨਾ ਕਾਲ ਮਾਰਨਾ ਢੇਰੀ ਡਾਲ, ਇਹ ਜੇ ਲੁਕਦਾ ਉਹ ਇਹ ਢੇਰੀ ਅਹੰਕਾਰ ਦੀ ਢੇਰੀ ਜੇ ਰੁਕਦਾ। ਜੇ ਕੋਈ ਲੁਕਣ ਨੂੰ ਚੀਜ਼ ਹੋਊ, ਸ਼ਿਕਾਰ ਹੈ, ਸ਼ੇਰ ਹੈ, ਕੋਈ ਚੀਜ਼ ਉੱਥੇ ਲੁਕੂ, ਸੱਪ ਉੱਥੇ ਲੁਕੂ। ਜੇ ਲੁਕਣ ਘਰ 'ਚ ਕੋਈ ਚੀਜ਼ ਲੁਕਣ ਵਾਲੀ, ਉਹ ਸੱਪ ਉੱਥੇ ਲੁਕੂਗਾ। ਜੇ ਲੁਕਣ ਵਾਲੀ ਕੋਈ ਚੀਜ਼ ਨਹੀਂ, ਲੁਕੂ ਕਿੱਥੇ? ਹੰਕਾਰ ਹੈ ਸਮਾਰਿਆ ਵੀ ਉੱਧਰ ਵੀ ਆਉਂਦਾ। ਹਾਂ, ਜਿਹੜੀ ਅਹੰਕਾਰ ਦੀ ਢੇਰੀ ਢਾਹੀ ਲਾਈ ਹੈ ਨਾ ਤੁਹਾਡੀ ਬਣਾਈ ਹੋਈ, ਇਹਦੇ ਵਿੱਚ ਸੱਪ ਬਣ ਕੇ ਜਮ ਲੁਕਿਆ ਹੋਇਆ, ਉਹਨੇ ਡੰਗ ਮਾਰਨਾ। ਗਰਭ ਜੋਣ ਦੁੱਖ ਪਾਏ, ਜਮ ਮਰ ਜਾਣਾ ਜਾਂ ਢੇਰੀ ਢਾ ਦੇਣੀ ਆ ਤੁਸੀਂ। ਇਹ ਢੇਰੀ ਢਾਉਂਦੀ ਸਾਰ ਜਮ ਜਿਹੜਾ ਹੈ ਕਾਲ ਤੁਹਾਡਾ ਖਤਮ ਹੋ ਗਿਆ, ਤੁਹਾਡੇ ਵਾਸਤੇ ਕਾਲ ਨਾਉਣ ਦੀ ਕੋਈ ਚੀਜ਼ ਨਹੀਂ। ਗਰਭ ਜੋਣ ਦੁੱਖ ਪਾਏ, ਜਮ ਮਰੇ ਗਰਭ ਨਹੀਂ 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 ਇਹ ਨਹੀਂ ਕਰਦਾ। ਢੇਰੀ ਜਾਮੈ ਜਮ ਮਰੈ, ਜਾਮੈ ਜਮ ਮਰੈ, ਇਹ ਢੇਰੀ ਉਹ ਹੈ ਜਿਹੜੀ ਢਾਉਣੀ ਹੈ, ਜਿਹਦੇ ਵਿੱਚ ਜੰਮਦੇ ਮਰਦੇ ਹੋ ਤੁਸੀਂ। ਮੈਂ ਹੋਊਗਾ ਫਿਰ ਜਾ ਮੈਂ ਨਹੀਂ, ਹਾਹਾ ਨਹੀਂ ਹੋਣਾ। ਢੇਰੀ ਜਾਮੈ ਜਮ ਜਿਹਦੇ ਵਿੱਚ ਜਮ ਮਰੈ ਗਰਭ ਜੋਣ ਦੁੱਖ ਪਾਏ, ਜਮ ਮਰਿਆ ਹੈ, ਜਮ ਮਰਿਆ ਨਹੀਂ ਜਮ ਮਰਿਆ ਹੈ ਔਕੜ ਹੁੰਦਾ ਜੰਮ ਦੇ ਕੀ ਸਿਹਾਰੀ ਹੈ। ਹਾਂ, ਸਿਹਾਰੀ ਹੈ ਨਾ ਮੰਮੇ ਨੂੰ, ਜੰਮ ਕੇ ਮਰਦਾ। ਇਹ ਜਨਮ ਮਰਨ ਦਾ ਕਾਰਨ ਹੈ ਢੇਰੀ ਹੈ, ਉਹ ਇੱਕੋ ਹੀ ਗੱਲ ਹੈ। ਗੱਲ ਤਾਂ ਇੱਕੋ ਹੀ ਆ, ਕਾਲ ਹੋਇਆ ਹੋਇਆ ਜਮ ਮਰਨ ਹੋਇਆ, ਗੱਲ ਤਾਂ ਇੱਕੋ ਹੀ ਹੈ। ਦੀ ਢੇਰੀ ਕਰਕੇ ਜੰਮਣ ਮਰਨਾ, ਇਹਦੇ ਕਰਕੇ ਕਾਲ ਹੈ, ਗੱਲ ਕੁਛ ਨਹੀਂ ਫਰਕ ਹੈਗਾ। ਪਰ ਹਾਂ, ਹੁਣ ਅਰਥ ਇਹੀ ਹੋਣਗੇ, ਜਾ ਮੈਂ ਜੰਮ ਮਰਿਆ, ਜੰਮਦਾ ਮਰਦਾ ਇਹਦੇ ਕਾਰਨ ਹੀ ਹੈ। ਉਹ ਮਰਨਾ ਕਾਲ ਹੈ, ਮੌਤ ਹੈ, ਜੰਮਣ ਮਰਨੇ ਢੇਰੀ ਕਰਕੇ। ਜਾ ਮੈਂ